ਮਿਸਟਰ ਖਾਜੀ ਖਾਨ ਲਿਖਦਾ ਕਿ ਮੈਂ ਇੱਕ ਦਿਨ ਤਮਾਸ਼ਾ ਕਤਲ ਵੇਖਣ ਗਿਆ ਤੇ ਇੱਕ ਨੌਜਵਾਨ ਮੌਤ ਨੂੰ ਕਲਵੱਟੜੀ ਪਾਉਣ ਲਈ ਕਾਹਲਾ ਪੈ ਰਿਹਾ ਸੀ। ਤੇ ਨੌਜਵਾਨ ਕਹਿਣ ਕੌਣ ਸੀ ਇਹ ਸਮਝਣ ਲਈ ਤੁਹਾਨੂੰ ਬੜਾ ਪਿੱਛੇ ਜਾਣਾ ਪਵੇਗਾ। ਇਹ ਨੌਜਵਾਨ ਸਰਹੰਦ ਦੇ ਇਲਾਕੇ ਦਾ ਰਹਿਣ ਵਾਲਾ ਹੈ। ਇਹਦਾ ਨਾਂ ਸਰਦਾਰ ਭੀਮ ਸਿੰਘ ਹੈ। ਮਾਪਿਆਂ ਨੇ ਇਹਦਾ ਵਿਆਹ ਰੱਖਿਆ। ਰਾਤ ਚੜੀ ਅਨੰਦਗੜ੍ਹ ਜੋ ਹੈ ਮੋਤੀ ਦਾ ਡੋਲਾ ਲੈ ਕੇ ਆਏ। ਅਜੇ ਡੋਲਾ ਬਾਹਰ ਬੈਠਾ ਸੱਜ ਵਿਆਹੀ ਕੁੜੀ ਤੇ ਬੀਬੀਆਂ ਤਿਆਰੀ ਕਰ ਰਹੀਆਂ ਨੇ। ਸੱਸ ਨੇ ਪਾਣੀ ਦਾ ਗੜਵਾ ਭਰਿਆ ਮੂੰਹ ਉੱਤੇ ਲਾ ਕੇ ਪੀਣ ਲਈ। ਚਖਾਣੀਆਂ ਵੀ ਘਾਟੇ ਚੜ੍ਹ ਕੇ ਨਹੀਂ ਜਾ ਰਹੇ। ਇਹ ਸਾਰੀ ਤਲਕੇ ਦੀ ਮੁਖਿਆਰ ਬੈਠੀ ਹੈ। ਸਿਕਰੀਆ ਖਾਂ ਦੀ ਫੌਜ ਨੇ ਹੱਲਾ ਕੀਤਾ। ਕੁਝ ਬਰਾਤੀ ਕਤਲ ਹੋ ਗਏ, ਕੁਝ ਬਰਾਤੀ ਗ੍ਰਿਫਤਾਰ ਹੋ ਗਏ, ਲਾੜਾ ਵੀ ਗ੍ਰਿਫਤਾਰ ਕਰ ਲਿਆ ਗਿਆ। ਉਹ ਸਰਕਾਰੀ ਮੁਖਿਆਰ ਤੇ ਕਰ ਰਹੀ।